ਸਲਾਮ ਵਾਲੇਕਮ ਕਾਸ਼ਕਾਰ ਵੀਰੋ ਅੱਜ ਗੱਲ ਕਰਾਂਗੇ ਸਰਸੋਂ ਕਨੋਲਾ ਰਾਇਆ ਦੀ ਕਾਸ਼ਤ ਕਿਹੜੇ ਮਹੀਨੇ ਦੇ ਵਿੱਚ ਕਰਨੀ ਚਾਹੀਦੀ ਏ ਜਿਦੇ ਨਾਲ ਕਾਸ਼ਕਾਰ ਵੀਰ ਅੱਛੀ ਐਵਰੇਜ ਲੈ ਸਕਦੇ ਨੇ ਅਗਰ ਇਹਦੇ ਆਈਡੀਅਲ ਟਾਈਮ ਦੀ ਗੱਲ ਕਰੀਏ ਬਲਾਈ ਪੰਜਾਬ ਜਾਂ ਉੱਪਰ ਪੰਜਾਬ ਇਹਦੇ ਵਿੱਚ درجہ ਹਰਾਤ ਜਲਦੀ ਠੰਡਾ ਹੋ ਜਾਂਦਾ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ 20 ਸਤੰਬਰ ਤੋਂ 15 ਅਕਤੂਬਰ ਤੱਕ ਤੁਸੀਂ ਇਹਨਾਂ ਇਲਾਕਿਆਂ 'ਚ ਕਾਸ਼ਤ ਜਾਰੀ ਰੱਖ ਸਕਦੇ ਹੋ ਇਸ ਤੋਂ ਇਲਾਵਾ ਗੱਲ ਕਰੀਏ ਅਗਰ ਬਰਾਨੀ ਇਲਾਕਿਆਂ ਦੀ ਇਹ ਇਲਾਕੇ ਡਿਪੈਂਡ ਕਰਦੇ ਨੇ بارشਾਂ ਦੇ ਉੱਤੇ بارشਾਂ ਦਾ ਜਿਹੜਾ ਵਤਰ ਹੁੰਦਾ ਵਾ ਉਹਨਾਂ ਦੇ ਉੱਤੇ ਇਹਦੀ ਬਜਾਈ ਹੁੰਦੀ ਏ 15 ਨਵੰਬਰ ਤੱਕ ਵੀ ਇਹਨਾਂ ਇਲਾਕਿਆਂ 'ਚ ਤੁਸੀਂ ਕਾਸ਼ਤ ਕਰ ਸਕਦੇ ਹੋ ਆਸ਼ਕਾ ਵੀਰੋ ਅਗਰ ਗੱਲ ਕਰੀਏ ਵਸਤੀ ਪੰਜਾਬ ਜਾਂ ਜਨੂਬੀ ਪੰਜਾਬ ਦੀ ਇਹਦੇ ਵਿੱਚ ਤੁਸੀਂ 1 ਅਕਤੂਬਰ ਤੋਂ ਐਂਡ ਅਕਤੂਬਰ ਤੱਕ ਕਾਸ਼ਤ ਕਰ ਸਕਦੇ ਹੋ ਅਗਰ ਨਵੰਬਰ ਦੇ ਮਹੀਨੇ ਦੇ ਵਿੱਚ ਤੁਸੀਂ ਕਾਸ਼ਤ ਕਰਦੇ ਹੋ ਪੋਦੇ ਦਾ ਕੱਦ ਛੋਟਾ ਰਹਿ ਜਾਂਦਾ ਸ਼ਗੂਫਾ ਨਹੀਂ ਮਾਰਦਾ ਪੋਦਾ ਕਮਜ਼ੋਰ ਰਹਿੰਦਾ ਵਾ ਜਿਦੀ ਵਜ੍ਹਾ ਤੋਂ ਤੁਸੀਂ ਭਰਪੂਰ ਪੈਦਾਵਾਰ ਨਹੀਂ ਲੈ ਸਕਦੇ ਉਮੀਦ ਕਰਨੀ ਆ ਵੀਡੀਓ ਸਮਝ ਆ ਗਈ ਹੋਏਗੀ ਸਰ੍ਹੋਂ ਦੀ ਕਾਸ਼ ਦੇ ਹਵਾਲੇ ਨਾਲ ਅਗਰ ਵੀਡੀਓ ਅੱਛੀ ਲੱਗੀ ਹੋਵੇ ਐਸ ਵੀਡੀਓ ਨੂੰ ਸ਼ੇਅਰ ਕਰ ਦਿੱਤਾ ਜੇ ਤਾਂ ਕਿ ਐਸੇ ਤਮਾਮ ਕਾਸ਼ਕਰ ਵੀਰ ਜਿਹੜੇ ਸਰ੍ਹੋਂ ਕਨੋਲਾ ਜਾਂ ਰਾਇਆ ਲਾਣਾ ਚਾਹੁੰਦੇ ਨੇ ਉਹਨਾਂ ਦੀ ਰਹਿਨਮਾਈ ਹੋ ਸਕੇ ਅਸਲਾਮੁਅਲੈਕਮ